ਜਿੰਨਾ ਚਿਰ ਸਾਡੇ ਸਰੀਰ ਵਿੱਚ ਜਾਹ ਨੇ ਦੁਸ਼ਮਣ ਨੂੰ ਤੇਰੇ ਵੱਲ ਨਜ਼ਰ ਨਹੀਂ ਮਾਰਨ ਦੇਣਗੇ। ਪਤਾ ਨਹੀਂ ਕਿੰਨੀ ਪਿਆਰ ਨਾਲ ਆਖਿਆ ਹੋਏਗਾ, ਗੁਰੂ ਗੋਬਿੰਦ ਸਿੰਘ ਉੱਠਦੇ ਨੇ ਇਹਨਾਂ ਦੇ ਘਰੇ ਚਲੇ ਜਾਂਦੇ, ਛੋਟੀ ਜਿਹੀ ਬੱਚੀ ਦੇ ਪਾਪ ਜਾਗ ਗਏ, ਉਹ ਅੰਦਰ ਸੇਵਾ ਵਿੱਚ ਗਏ, ਦੋਨੋਂ ਜਾਣੇ ਬਾਹਰ ਖੜੋ ਗਏ। ਅੰਤ ਦੁਸ਼ਮਣ ਨੂੰ ਖਬਰ ਹੋ ਗਈ, ਉਹਨਾਂ ਇਸ ਇਲਾਕੇ ਨੂੰ ਘੇਰਾ ਪਾ ਲਿਆ ਤੇ ਪਿਆਰੇ ਹੁਣ ਦੋਨੋਂ ਭਰਾ ਆਪਣੀ ਜਾਨ ਤਲੀ ਤੇ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰੇ ਚੋਂ ਕੱਢਣ ਲੱਗੇ। ਕੀ ਕਰਦੇ ਨੇ, ਉਹ ਜਿਹੜਾ ਚੋਲਾ ਮਾਤਾ ਗੁਰਦਈ ਨੇ ਦਿੱਤਾ ਸੀ ਨਾ, ਗਨੀ ਖਾਂ ਇਹਨੂੰ ਨੀਲਾ ਰੰਗ ਕਰਵਾ ਲੈਂਦਾ ਹੈ। ਮੇਰੀ ਬਾਤ ਸ਼ਰਧਾ ਨਾਲ ਸਤਸੰਗੀ ਹੋ, ਇੱਕ ਤੇ ਹੁੰਦਾ ਨਾ, ਮੈਂ ਕਥਾ ਕਹਾਣੀਆਂ ਕਿਤਾਬ ਚੋਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਦੀ ਦੱਸ ਰਿਹਾ। ਇੱਕ ਖੋਜ ਕੀਤੀ ਵੀ ਜਿਹੜੇ ਪਰਿਵਾਰ ਗੁਰੂ ਸਾਹਿਬਾਂ ਨਾਲ ਮਿਲਦੇ ਸਨ, ਅਕਸਰ ਗੁਰੂ ਸਾਹਿਬ ਨਾਲ ਨੇੜਤਾ ਰੱਖਦੇ ਸਨ, ਉਹਨਾਂ ਪਰਿਵਾਰਾਂ ਨੂੰ ਟੋਲ ਕੇ ਤੇ ਉਹਨਾਂ ਪਰਿਵਾਰਾਂ ਕੋਲੋਂ ਪੁੱਛ ਕੇ ਕੀ ਤੁਹਾਡੇ ਬਜ਼ੁਰਗਾਂ ਨਾਲ ਉਹ ਬਾਤਾਂ ਕਰਦੇ ਸਨ, ਹੁਣ ਤੁਹਾਡੇ ਕੋਲ ਕੀ ਹੈ। ਤੁਸੀਂ ਕਦੇ ਯੂਟਿਊਬ ਤੇ ਵੇਖਿਓ, 250-300 ਨਿਸ਼ਾਨੀ ਤੁਹਾਡੇ ਵੇਖਣ ਵਾਸਤੇ ਯੂਟਿਊਬ ਤੇ ਪਾਈ ਹੋਈ ਹੈ। ਬਹੁਤ ਸਾਰੇ ਚੈਨਲ ਇਸ ਨੂੰ ਚਲਾਉਂਦੇ ਨੇ, ਨਿਸ਼ਾਨੀਆਂ ਗੁਰੂ ਸਾਹਿਬਾਨ ਦਾਸ ਦਾ ਨਾਮ ਲਿਖਿਓ ਨਾਲ ਦਵਿੰਦਰ ਸਿੰਘ ਸੋਢੀ। ਇਹ ਚੋਲਾ ਅਜੇ ਵੀ ਹੈ, ਹੁਣ ਤੁਸੀਂ ਘਰ ਜਾ ਕੇ ਯੂਟਿਊਬ ਤੇ ਵੇਖਿਓ। ਮਹਾਰਾਜ ਜੀ ਦੇ ਜਿਹੜਾ ਪੈਰਾਂ ਚੋਂ ਜੋੜਾ ਨਿਕਲ ਗਿਆ ਸੀ, ਗਨੀ ਖਾਂ ਦੇ ਘਰ ਜਿਹਨਾਂ ਭਾਂਡਿਆਂ ਚ ਭੋਜਨ ਛਕਦੇ ਸਨ, ਉਹ ਕਿਹਨਾਂ ਕੋਲ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਹਲਵਾਈ ਲਾਲ ਸਿੰਘ, ਜਿਹਦਾ ਨਾਮ ਬਾਣੀ ਵਿੱਚ ਵੀ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਉਹ ਲਾਲ ਸਿੰਘ ਦਾ ਪਰਿਵਾਰ ਅਜੇ ਵੀ ਫਰੀਦਕੋਟ ਦੇ ਨੇੜੇ ਪਿੰਡ ਨੰਗਲ ਹੈ, ਉਸ ਨੰਗਲ ਪਿੰਡ ਵਿੱਚ ਰਹਿੰਦਾ ਹੈ। ਉਸ ਪਰਿਵਾਰ ਕੋਲੇ ਸਾਰਾ ਕੁਝ ਅਜੇ ਵੀ ਹੈ। ਤੁਸੀਂ ਵੇਖਿਓ ਯੂਟਿਊਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਚੋਲਾ ਤੇ ਦਾਸ ਦਾ ਨਾਮ ਲਿਖਿਓ। ਆਓ ਮੈਂ ਇਤਿਹਾਸ ਤੁਹਾਨੂੰ ਅੱਗੇ ਸੁਣਾਵਾਂ। ਇਸ ਲਈ ਬਹੁਤ ਸਾਰੀਆਂ ਬਾਤਾਂ ਤੁਹਾਨੂੰ ਉਹ ਸੁਣਾਉਂਦਾ ਜਿਹੜੀਆਂ ਕਾਗਜ਼ ਦੇ ਪੰਨੇ ਤੇ ਨਹੀਂ ਲਿਖੀਆਂ। ਨੀਲੇ ਰੰਗ ਦਾ ਚੋਲਾ ਪਵਾ ਲਿਆ, ਤੁਸੀਂ ਇਹ ਇਤਿਹਾਸ ਬਹੁਤ ਵਾਰ ਸੁਣਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਲੰਗ ਤੇ ਬਿਠਾਉਂਦੇ ਨੇ ਤੇ ਅੱਗੋਂ ਚੁੱਕਦੇ ਨੇ, ਇਹ ਆਪ ਪਲੰਗ ਤੇ ਲੈ ਕੇ ਤੁਰ ਪੈਂਦੇ ਨੇ। ਜਦੋਂ ਪਿੰਡੋਂ ਬਾਹਰ ਕਰਨ ਲੱਗੇ ਨਾ, ਨਿਕਲਣ ਲੱਗੇ ਤੇ ਸਿਪਾਹੀਆਂ ਰੋ ਲਿਆ। ਇੱਕ ਔਰ ਗਨੀ ਖਾਂ ਕਹਿੰਦਾ, ਇਹ ਉੱਚ ਦੇ ਪੀਰ ਨੇ, ਉੱਚ ਇੱਕ ਪਿੰਡ ਦਾ ਨਾਮ ਹੈ, ਉੱਥੋਂ ਦੇ ਰਹਿਣ ਵਾਲੇ ਪੀਰ ਨੇ। ਅੰਤ ਮਹਾਰਾਜ ਜੀ ਨੂੰ ਇਸ ਘੇਰੇ ਵਿੱਚੋਂ ਲੈ ਕੇ ਆਲਮਗੀਰ ਹੁੰਦੇ ਹੋਏ ਹੇਰਾਂ ਤੱਕ ਪੁੱਜ ਜਾਂਦੇ ਨੇ। ਹੁਣ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਬੇਟਾ ਤੁਸੀਂ ਵਾਪਸ ਮੁੜ ਜਾਓ, ਤੁਸੀਂ ਮੇਰਾ ਔਖੇ ਵੇਲੇ ਸਾਥ ਦਿੱਤਾ, ਤੁਹਾਡੇ ਤੇ ਮੇਰੀ ਬਹੁਤ ਖੁਸ਼ੀ ਹੈ। ਕਹਿੰਦੇ, ਨਹੀਂ ਮਹਾਰਾਜ, ਅਸੀਂ ਤੁਹਾਡੇ ਨਾਲ ਹੀ ਰਹਿ। ਗੁਰੂ ਗੋਬਿੰਦ ਸਿੰਘ ਕਹਿੰਦੇ, ਗਨੀ ਖਾਂ ਛੋਟੀ ਬੱਚੀ ਉਡੀਕ ਕਰ ਚਲੇ ਗਏ। ਦਇਆ ਸਿੰਘਾ, ਇੱਕ ਕਾਗਜ਼ ਤੇ ਕਲਮ ਲੈ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਾਗਜ਼ ਦੇ ਟੁਕੜੇ ਦੇ ਕੁਝ ਲਿਖਦੇ ਨੇ ਤੇ ਜਦੋਂ ਲਿਖ ਕੇ ਕਾਗਜ਼ ਦਾ ਟੁਕੜਾ ਗਨੀ ਖਾਂ ਨੂੰ ਪਕੜਾਉਂਦੇ ਨੇ, ਨਾਲੇ ਗਨੀ ਖਾਂ ਪੜ੍ਹੀ ਜਾਂਦਾ ਹੈ, ਨਾਲੇ ਅੱਖਾਂ ਦੇ ਹੰਝੂ ਕਾਗਜ਼ ਦੇ ਟੁਕੜੇ ਤੇ ਸੁੱਟੀ ਜਾਂਦਾ ਹੈ। ਦੂਸਰਾ ਭਰਾ ਪੁੱਛਦਾ ਹੈ, ਵੀਰਾ ਕੀ ਲਿਖ ਦਿੱਤਾ ਮਹਾਰਾਜ ਜੀ ਨੇ? ਹਾਂ ਬਈ, ਇਹਦੇ ਵੀ ਦਰਸ਼ਨ ਕਰਿਓ। ਇੰਝ ਲੱਗਦਾ ਏ ਜੋ ਕੁਝ ਮਹਾਰਾਜ ਜੀ ਨੇ ਲਿਖ ਦਿੱਤਾ ਕਿਸੇ ਲਈ ਲਿਖਿਆ ਹੀ ਨਹੀਂ। ਜਦੋਂ ਦੂਜਾ ਭਰਾ ਪੜ੍ਹਦਾ ਏ, ਗੁਰੂ ਗੋਬਿੰਦ ਸਿੰਘ ਜੀ ਨੇ ਇਹਦੇ ਤੇ ਲਿਖਿਆ ਏ, ਨਵੀ ਖਾਂ ਗਨੀ ਖਾਂ ਮੇਰੇ ਲੀਕ ਪੁੱਤਰ ਨੇ, ਇਹਨਾਂ ਮੇਰਾ ਔਖੇ ਵੇਲੇ ਸਾਥ ਦਿੱਤਾ ਏ, ਜਿਹੜੇ ਸਿੱਖ ਇਹਨਾਂ ਦਾ ਸਤਿਕਾਰ ਕਰਨਗੇ ਉਹਨਾਂ ਤੇ ਮੇਰੀ ਬਹੁਤ ਖੁਸ਼ੀ ਹੋਏਗੀ। ਇਹ ਮੇਰੇ ਪੁੱਤਰ ਨੇ, ਉਹ ਕਲਗੀਆਂ ਵਾਲਿਆ, ਲੋਕ ਤੇ ਤੇਰੇ ਚਰਨਾਂ ਦੀ ਧੂੜੀ ਨੂੰ ਵੀ ਤਰਸਦੇ ਨੇ ਤੇ ਤੂੰ ਸਾਨੂੰ ਆਪਣੇ ਪੁੱਤਰ ਬਣਾ ਲਿਆ, ਸਾਨੂੰ ਏਡਾ ਮਾਣ ਦੇ ਦਿੱਤਾ।
ਇੱਕ ਕਾਗਜ਼ ਦਾ ਟੁਕੜਾ ਲੈ ਕੇ ਘਰ ਆ ਗਏ। ਜਦੋਂ ਘਰ ਆਏ ਛੋਟੀ ਜਿਹੀ ਬੱਚੀ, ਉਹ ਵੀ ਤੇ ਮਹਾਰਾਜ ਜੀ ਨਾਲ ਪਿਆਰ ਕਰਦੀ ਸੀ। ਅੱਬੂ ਮਹਾਰਾਜ ਜੀ ਨੂੰ ਕਿੱਥੇ ਛੱਡ ਗਏ? ਜਦੋਂ ਗੁਰੂ ਜੀ ਦੀ ਗੱਲ ਚੱਲੀ, ਬੋਝੇ ਵਿੱਚੋਂ ਕੱਢਿਆ ਕਾਗਜ਼ ਤੇ ਪੜ੍ਹਨ ਬਹਿ ਗਿਆ। ਕਹਿੰਦਾ ਬੱਚੀਏ, ਮਹਾਰਾਜ ਜੀ ਨੇ ਸਾਨੂੰ ਆਪਣੇ ਪੁੱਤਰ ਬਣਾ ਲਿਆ। ਉਹ ਕਹਿੰਦੀ ਫਿਰ ਮੈਂ ਕੀ ਲੱਗਦੀ ਹਾਂ ਉਹਨਾਂ ਦੀ? ਜੇ ਤੁਸੀਂ ਪੁੱਤਰ ਹੋ ਤੇ ਮੈਂ ਵੀ ਤੇ ਕੁਝ ਲੱਗਦੀ ਹੋਵਾਂਗੀ, ਤੂੰ ਉਹਨਾਂ ਦੀ ਪੋਤਰੀ। ਕਹਿੰਦੀ ਅੱਬੂ ਉਹਨਾਂ ਦੀਆਂ ਬੱਚੀਆਂ ਬਹੁਤ ਨੇ। ਜਦੋਂ ਮਹਾਰਾਜ ਸਾਡੇ ਘਰ ਰਹਿੰਦੇ ਸੀ, ਜਿਹੜੇ ਸਿੱਖ ਸਿੱਖਣੀਆਂ ਲੁਕ ਛੁਪ ਕੇ ਦਰਸ਼ਨ ਕਰਨ ਆਉਂਦੇ ਸੀ, ਹਰ ਕੋਈ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਮੇਰਾ ਪਿਤਾ ਹੈ, ਉਹਦੀਆਂ ਬਹੁਤ ਬੱਚੀਆਂ ਨੇ। ਗਨੀ ਖਾਂ ਕਹਿੰਦਾ ਏ ਪੁੱਤਰੀ, ਆ ਨੇੜੇ ਆ ਕੇ ਵੇਖ, ਸਾਨੂੰ ਤੇ ਲਿਖ ਕੇ ਦਿੱਤਾ ਹੋਇਆ ਹੈ। ਆ ਦੇਖ ਕਾਗਜ਼ ਦੇ ਟੁਕੜੇ ਤੇ ਲਿਖਿਆ। ਇੱਕ ਗੱਲ ਆਪਣੀ ਬੱਚੀ ਨੂੰ ਕਹਿੰਦੇ ਨੇ, ਇਹ ਪਿਆਰ ਦੀ ਅਖੀਰ ਹੈ। ਕੋਈ ਇੰਨਾ ਵੀ ਪਿਆਰ ਕਰਦਾ ਹੋਵੇ? ਕਹਿੰਦਾ ਬੱਚੀਏ, ਇੱਕ ਦਿਨ ਹਰ ਇੱਕ ਬੰਦਾ ਉਮਰ ਭੋਗ ਕੇ ਮਰ ਜਾਂਦਾ। ਅਸੀਂ ਉਮਰ ਵਿੱਚ ਤੇਰੇ ਨਾਲੋਂ ਵੱਡੇ ਹਾਂ, ਹੋ ਸਕਦਾ ਤੇਰੇ ਨਾਲੋਂ ਪਹਿਲਾਂ ਮਰ ਜਾਈਏ ਅਸੀਂ ਦੋਨੋਂ, ਤੈਨੂੰ ਪਤਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਅੰਦਰ ਬਹਿੰਦੇ ਸੀ ਤੇ ਅਸੀਂ ਬਾਹਰ ਕਿਵੇਂ ਖੜੇ ਹੁੰਦੇ ਸੀ ਦੋਨੋਂ ਸਾਰੇ? ਉਹ ਕਹਿੰਦੇ ਅੱਬੂ ਮੈਂ ਰੋਜ਼ ਹੀ ਵੇਖਦੀ ਸੀ, ਰੋਜ਼ ਤੇ ਵੇਖਦੀ ਸੀ। ਇਸ ਤਰ੍ਹਾਂ ਮਹਾਰਾਜ ਅੰਦਰ ਬਹਿੰਦੇ ਸੀ, ਤੁਸੀਂ ਦੋਨੋਂ ਜਾਣੇ ਘਰ ਦੇ ਬਾਹਰ ਸੱਜੇ ਤੇ ਖੱਬੇ ਪਾਸੇ ਖੜੇ ਹੁੰਦੇ ਸੀ। ਗਨੀ ਖਾਂ ਕਹਿੰਦਾ ਬੱਚੀਏ, ਖਿਆਲ ਰੱਖੀ, ਜਦੋਂ ਅਸੀਂ ਮਰ ਜਾਈਏ ਸਾਡੀਆਂ ਕਬਰਾਂ ਘਰ ਦੇ ਬਾਹਰ ਸੱਜੇ ਤੇ ਖੱਬੇ ਪਾਸੇ ਬਣਾ ਦੇਈਂ, ਅਸੀਂ ਮਰ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚੋਂ ਉੱਠਣਾ ਨਹੀਂ ਚਾਹੁੰਦੇ। ਅਸੀਂ ਮਰ ਕੇ ਵੀ ਉਹਦੇ ਚਰਨਾਂ 'ਚੋਂ ਉੱਠਣਾ ਨਹੀਂ ਚਾਹੁੰਦੇ। ਕੋਈ ਮੁਸਲਮਾਨ ਆਪਣੇ ਘਰ ਕਬਰ ਨਾ ਬਣਾਏ, ਕੋਈ ਸਿੱਖ ਕਬਰਾਂ ਨੂੰ ਕਦੇ ਵੀ ਮੱਥਾ ਨਾ ਟੇਕੇ। ਪਰ ਅੱਜ ਜਦੋਂ ਤੁਸੀਂ ਮਾਛੀਵਾੜੇ ਜਾਂਦੇ ਹੋ, ਪਹਿਲਾਂ ਨਬੀ ਖਾਂ ਤੇ ਗਨੀ ਖਾਂ ਦੇ ਅਸਥਾਨ ਆਉਂਦੇ ਨੇ, ਕੋਈ ਇਹੋ ਜਿਹਾ ਸਿੱਖ ਨਹੀਂ ਜਿਹੜਾ ਉੱਥੇ ਸਿਰ ਝੁਕਾ ਕੇ ਨਾਲ ਅੰਦਰਾ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਪਤਾ ਲੈਣ ਗਿਆ ਹੋਇਆ ਏ ਤੇ ਇਧਰੋਂ ਉਡੀਕਾਂ ਕਿਵੇਂ ਹੋ ਰਹੀਆਂ ਨੇ।
ਟਾਹਲੀ ਵਾਲਾ ਸਾਹਿਬ ਦਇਆ ਸਿੰਘ ਟਾਹਲੀ ਦੇ ਦਰਖਤ ਦੇ ਉੱਪਰ ਚੜਿਆ ਹੋਇਆ ਹੈ। ਜਿਹੜਾ ਰਸਤਾ ਸਰਹੰਦ ਵੱਲੋਂ ਆਉਂਦਾ ਹੈ ਉਧਰ ਨੂੰ ਟਿਕ ਟਿਕੀ ਲਾ ਕੇ ਵੇਖੀ ਜਾਂਦਾ ਹੈ। ਸਤ ਸੰਗੀਓ ਗੁਰੂ ਗੋਬਿੰਦ ਸਿੰਘ ਰਾਵਤ ਜੀ, ਗੁਰੂ ਗੋਬਿੰਦ ਸਿੰਘ ਨਿਰੰਕਾਰ ਹੈ ਪਰ ਗੁਰੂ ਗੋਬਿੰਦ ਸਿੰਘ ਬੱਚਿਆਂ ਦਾ ਵੀ ਬਾਪ ਹੈ। ਗੁਰੂ ਗੋਬਿੰਦ ਸਿੰਘ ਕਿਸੇ ਮਾਂ ਦੇ ਪੁੱਤਰ ਵੀ ਐਸਾ ਨਹੀਂ, ਉਹਨਾਂ ਦੀ ਮਾਂ ਤੇ ਬੱਚੇ ਮੁਸੀਬਤ ਵਿੱਚ ਨੇ, ਉਹਨਾਂ ਦਾ ਦਿਲ ਨਹੀਂ ਦੁਖਦਾ, ਉਹ ਤੇ ਆਪਣੀ ਮਾਂ ਨਾਲ ਬੜਾ ਹੀ ਪਿਆਰ ਕਰਦੇ ਨੇ, ਬੱਚਿਆਂ ਨਾਲ ਵੀ ਪਿਆਰ ਕਰਦੇ ਨੇ। ਤੁਸੀਂ ਬੱਚਿਆਂ ਵਾਲੇ ਬੱਚੇ ਤੇ ਰੱਤੀ ਦਿਨਾਂ ਸਕੂਲੋਂ ਵੀ ਲੇਟ ਹੋ ਜਾਣ, ਤੁਸੀਂ ਦਰਵਾਜ਼ਿਆਂ ਵਾਲੇ ਵੇਖਦੇ ਰਹਿੰਦੇ ਹੋ, ਦਿਲ ਤੇ ਉਹਦਾ ਵੀ ਦੁਖਦਾ ਹੋਏਗਾ, ਪਰ ਉਹਦੇ ਕੋਲ ਇੱਕ ਸ਼ਕਤੀ ਹੈ ਜਿਹੜੀ ਇਸ ਦੁੱਖ ਨੂੰ ਸਹਾਰ ਸਕਦੀ ਹੈ। ਇਹਨੇ ਨੂੰ ਆਵਾਜ਼ ਦਿੰਦਾ ਹੈ, ਕਹਿੰਦਾ ਮਹਾਰਾਜ ਆਓ ਸਾਹਮਣੇ ਨੂਰਾ ਦੌੜਾ ਆਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਝੱਟ ਦੇਣੀ ਉੱਠ ਕੇ ਆਵਾਜ਼ ਹੋ ਦਿੰਦੇ। ਜਦੋਂ ਨੂਰਾ ਨੇੜੇ ਆਇਆ ਨਾ, ਉਹਨੂੰ ਦੋਨੋਂ ਹੱਥ ਆਪਣੀਆਂ ਅੱਖਾਂ ਤੇ ਰੱਖ ਲਏ, ਪਰ ਅੱਖਾਂ ਦੇ ਹੰਝੂ ਡਿੱਗ ਰਹੇ ਨੇ। ਨੂਰਿਆ ਕੀ ਸੁਨੇਹਾ ਲਿਆਇਆ? ਕਹਿੰਦਾ ਮਹਾਰਾਜ ਅੱਜ ਦੀ ਸ਼ਾਮ ਬੜੀ ਮਨਹੂਸ ਹੈ। ਕੀ ਕਹਿੰਦੀ ਹੈ ਅੱਜ ਦੀ ਸ਼ਾਮ? ਦੋ ਸ਼ਾਮਾਂ ਦੇ ਸੁਨੇਹੇ ਲੈ ਚੁੱਕਾ ਹਾਂ ਮਹਾਰਾਜ, ਕਿਹੜੀਆਂ ਸ਼ਾਮਾਂ? ਗੁਰੂ ਗੋਬਿੰਦ ਸਿੰਘ ਕਹਿੰਦੇ ਨੂਰਿਆ ਉਹ ਵੀ ਸ਼ਾਮ ਸੀ ਜਿੱਦਣ ਮੇਰੇ ਪਿਤਾ ਦਾ ਸੀਸ ਤੇ ਆਨੰਦਪੁਰ ਸਾਹਿਬ ਆਇਆ, ਪਰ ਧੜ ਨਾਲ ਨਹੀਂ ਸੀ। ਸੀਸ ਤੇ ਆਨੰਦਪੁਰ ਸਾਹਿਬ ਆਇਆ, ਧੜ ਨਾਲ ਨਹੀਂ ਸੀ। ਨੂਰਿਆ ਇੱਕ ਉਹ ਵੀ ਸ਼ਾਮ ਸੀ ਮੇਰੇ ਜਿਗਰ ਦੇ ਟੁਕੜੇ ਅਜੀਤ ਸਿੰਘ ਜੁਜਾਰ ਸਿੰਘ ਛੱਲਣੀ ਹੋਏ ਪਏ ਸਨ ਚਮਕੌਲ ਦੀ ਗੜੀ ਵਿੱਚ, ਮੈਂ ਕੋਲ ਦੀ ਲੰਘ ਕੇ ਆ ਗਿਆ। ਅੱਜ ਦੀ ਸ਼ਾਮ ਕੀ ਕਹਿੰਦੀ ਹੈ? ਨੂਰਾ ਰੋ ਕੇ ਕਹਿੰਦਾ ਹੈ, ਕਲਗੀਆਂ ਵਾਲਿਆ ਤੇਰੇ ਜੋਰਾਵਰ ਸਿੰਘ ਫਤਿਹ ਸਿੰਘ ਤੇ ਤੁਹਾਡੀ ਮਾਂ ਉਹਦੇ ਸ਼ਹੀਦ ਹੋ ਗਏ ਨੇ, ਉਹਦੇ ਸ਼ਹੀਦ ਹੋ ਗਏ। ਗੁਰੂ ਜੀ ਕਿਸੇ ਰੋਹ ਵਿੱਚ ਸਨ। ਨੂਰਿਆ ਤੂੰ ਰੋ ਬਰੂ ਸੈ ਕੋਈ ਗੱਲ ਨਾ ਛੁਪਾਈ, ਤੂੰ ਸਾਫ ਸਾਫ ਦੱਸੀ ਕੋਈ ਕਹਿਰ ਨਾ ਕਮਾਈ, ਕੋਈ ਆ ਤੈਨੇ ਕੱਢੀ ਮੇਰੇ ਲਾਲਾ ਨੇ ਉੱਚੀ ਸਾਹ ਤੈਨੇ ਕੱਢੀ, ਕੋਈ ਤੇਸੀ ਦੇ ਨਾਲ ਸੱਟ ਲੱਗੀ ਹੋਣੀ ਭਾਰੀ, ਮੇਰੇ ਫਤਿਹ ਨੇ ਕਿਤੇ ਚੀਕ ਤੇ ਨੀ ਮਾਰੀ, ਤੂੰ ਮੈਨੂੰ ਦੱਸੀ ਜਾਂਦਾ ਉਹਨਾਂ ਤੇਰੇ ਬੱਚਿਆਂ ਦੇ ਗੋਡੇ ਛਿਲ ਦਿੱਤੇ, ਕੰਧਾਂ ਨਾ ਬੀਬੀਆਂ ਹੋ ਜਾਣ, ਕਿਤੇ ਫਤਿਹ ਸਿੰਘ ਡੋਲ ਤੇ ਨਹੀਂ ਗਿਆ? ਕਹਿੰਦਾ ਮਹਾਰਾਜ ਜਿੰਨਾ ਚਿਰ ਤੇਰੇ ਬੱਚੇ ਹੋਸ਼ ਵਿੱਚ ਰਹੇ ਸਤਿ ਸ੍ਰੀ ਅਕਾਲ ਦੇ ਜਗਾਰੇ ਬਣਾਉਂਦੇ ਰਹੇ, ਪਰ ਮਹਾਰਾਜ ਕਹਿ ਕੀ ਹੋਇਆ? ਕਹਿੰਦਾ ਸਤਿਗੁਰੂ ਦੀਵਾਰ ਡਿੱਗ ਪਈ ਸੀ, ਉਹਨਾਂ ਦੀਵਾਰਾਂ ਦੀਆਂ ਇੱਟਾਂ ਵਿੱਚ ਤੇਰੇ ਜਿਗਰ ਦੇ ਟੁਕੜੇ ਤੜਪ ਰਹੇ ਸਨ, ਉਹਨਾਂ ਬੱਚੇ ਉਹਨਾਂ ਪਾਪੀਆਂ ਨੇ ਤੇਰੇ ਬੱਚਿਆਂ ਦੀਆਂ ਸਾਹ ਰਗਾਂ ਕੱਟ ਦਿੱਤੀਆਂ, ਸਾਹ ਲੈਣ ਵਾਲੀਆਂ ਰਗਾਂ ਹੀ ਕੱਟ ਦਿੱਤੀਆਂ। ਦਇਆ ਸਿੰਘ ਧਰਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਕੜ ਕੇ ਰੋਏ। ਇਹ ਪਾਤਸ਼ਾਹ ਹਿੰਦੁਸਤਾਨ ਦੇ ਲੋਕ ਸੁਖੀ ਵਸਦੇ ਰਹਿਣ ਤੂੰ ਸਾਰਾ ਹੀ ਪਰਿਵਾਰ ਬਾਹਰ ਦਿੱਤਾ, ਕਿ ਲੋਕ ਤੇਰਾ ਕਰਜ਼ਾ ਕਿਵੇਂ ਛਕਾਉਣਗੇ? ਗੁਰੂ ਜੀ ਦੇ ਖਿਆਲ
ਕਰਤਾਰ ਪੁੱਤਰ ਬਖਸ਼ੇ ਸੰਗ ਪਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਮਤ ਸ਼ਹਿਨ ਸ਼ਾਹ ਕਹੋ ਸਿੰਘੋ ਮੈਨੂੰ ਕਿਸਤਾ ਨਾਲ ਤੇ ਕਰਜਾ ਉਤਾਰਿਆ ਮੈਂ ਕਹਿਣਾ ਚਰਨ ਗੋਬਿੰਦ
ਚੜ੍ਹਦੀ ਕਲਾ ਵਿੱਚ ਜਕਾਰਾ ਹੋ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਸੁਣਾ ਦਿਓ। ਬਹੁਤ ਸਾਰੇ ਬਚਨ ਵਿਦਵਾਨ ਲੋਕਾਂ ਨੇ ਗੁਰੂ ਜੀ ਦੇ ਸੰਭਾਲ ਰੱਖੇ। ਦੋ ਲਾਈਨਾਂ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਕਹਿੰਦੇ, ਇਹ ਗੁਰਸਿੱਖਾ ਜਦੋਂ ਵੀ ਗੁਰਦੁਆਰੇ ਆਉਣਾ ਹੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ। ਫਿਰ ਸੁਣਿਆ ਦੀ ਸ਼ਰਧਾ ਨਾਲ, ਜਦੋਂ ਵੀ ਗੁਰਦੁਆਰੇ ਆਉਣਾ ਹੀ ਆਪਣੇ ਬੱਚਿਆਂ ਨੂੰ ਨਾਲ ਲੈ ਆਇਆ ਕਰ। ਸਿੱਖ ਨੇ ਪੁੱਛਿਆ, ਮਹਾਰਾਜ ਉਹ ਕਿਉਂ? ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਉਹ ਇਸ ਕਰਕੇ ਮੈਂ ਚਾਰੇ ਲਾਲ ਤੇਰੀ ਸਰਦਾਰੀ ਤੋਂ ਬਾਹਰ ਦਿੱਤੇ ਨੇ, ਤੂੰ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਆਏਗਾ, ਮੈਂ ਤੇਰੇ ਬੱਚਿਆਂ ਵਿੱਚੋਂ ਆਪਣੇ ਅਜੀਤ ਸਿੰਘ ਜੁਝਾਰ ਸਿੰਘ ਨੂੰ ਵੇਖ ਲਵਾਂਗਾ। ਮੈਂ ਤੇਰੇ ਬੱਚਿਆਂ ਚੋਂ ਆਪਣੇ ਜ਼ੋਰਾਵਰ ਸਿੰਘ ਫਤਿਹ ਸਿੰਘ ਨੂੰ ਵੇਖਾਂਗਾ। ਤੇ ਫਿਰ ਭਾਈ ਗੁਰਦਾਸ ਜੀ ਨੇ ਚੁੱਕੀ ਕਲਮ, ਉਹਨਾਂ ਲਿਖ ਦਿੱਤਾ, ਹੋਏ ਗੁਰਸਿੱਖਾ ਲੋਕ ਬੱਚਿਆਂ ਤੋਂ ਸਭ ਕੁਝ ਬਾਹਰ ਦਿੰਦੇ, ਗੁਰੂ ਗੋਬਿੰਦ ਸਿੰਘ ਤੇਰੇ ਲਈ ਕਿੰਨਾ ਪਿਆਰ ਕਰਦਾ ਹੋਏਗਾ, ਉਹਨੇ ਬੱਚੇ ਤੇਰੇ ਤੋਂ ਬਾਹਰ ਦਿੱਤੇ। ਐਵੇਂ ਇੱਧਰ ਉੱਧਰ ਭਟਕਦਾ ਫਿਰਦਾ ਏ, ਛੱਡ ਸਾਰੇ ਜ਼ਿੰਮੇਵਾਰ, ਆਪਣੇ ਗੁਰੂ ਦੇ ਚਰਨ ਪਕੜ।